ਲੈ ਓ ਯਾਰ ਹਵਾਲੇ ਰੱਬ ਦੇ ਅਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋ ਸੀ, ਜਿਸ ਦਿਨ ਫੇਰ ਮਿਲਾਂਗੇ। ਸ਼ਕੀਲ ਜੱਟ। ਸੋਹਣਾ ਇਨਸਾਨ, ਸੋਹਣਾ ਜਵਾਨ, ਸੋਹਣਾ ਪਲੇਅਰ। ਅੱਲਾ ਪਾਕ ਆਪਣੇ ਪਿਆਰੇ ਹਬੀਬ ਦੀ ਫੈਲ ਜਨਤਾ ਦੇ ਵਿੱਚ ਆਲਾ ਤੋਂ ਆਲਾ ਮੁਕਾਮ ਦੇਵੇ ਸਾਡੇ ਉਹ ਸ਼ਹਿਜ਼ਾਦੇ ਵੀਰ ਨੂੰ ਅਤੇ ਉਹਦੇ ਮਾਂ ਬਾਪ ਨੂੰ ਅੱਲਾ ਪਾਕ ਸਬਰ ਦੇਵੇ। ਕਬੱਡੀ ਪਾਕਿਸਤਾਨ ਦਾ ਬਹੁਤ ਵੱਡਾ ਅੱਜ ਅੱਗੇ ਨਵਾਜ਼ ਮਾਜੂ ਵਰਗੇ ਸ਼ਹਿਜ਼ਾਦੇ ਟੁੱਟ ਗਏ ਅਤੇ ਜੰਮਲ ਬਾਜ ਵਰਗੇ ਹੀਰੇ ਟੁੱਟ ਗਏ। ਅੱਜ ਸ਼ਕੀਲੇ ਵਰਗਾ ਸ਼ਾਹਕਾਰ ਕਬੱਡੀ ਦਾ ਟੁੱਟ ਗਿਆ। ਮੀਆਂ ਸਾਹਿਬ ਫਰਮਾਉਂਦੇ ਹਨ, ਲੈ ਓ ਯਾਰ ਹਵਾਲੇ ਰੱਬ ਦੇ ਅਤੇ ਲੇਖਾਂ ਕੀਤੀ ਠੱਗੀ, ਤੱਤੀ ਵਾ ਵਿਛੋੜੇ ਵਾਲੀ ਆਣ ਕਵੇਲੇ ਵਗੀ, ਕਵੇਲੇ ਹਵਾ ਵਗੀ, ਕਵੇਲੇ ਵਗੀ ਹਵਾ। ਸ਼ਕੀਲੇ ਜੱਟ ਨੂੰ ਅੱਲਾ ਪਾਕ ਆਪਣੇ ਪਿਆਰੇ ਹਬੀਬ ਦੀ ਸ਼ਫਾਤ ਨਸੀਬ ਕਰੇ, ਅੱਲਾ ਪਾਕ ਜਨਤਾ ਦੇ ਵਿੱਚ ਆਲਾ ਮੁਕਾਮ ਦੇਵੇ। ਇੱਕ ਦਿਨ ਇਸ ਦੁਨੀਆਂ ਤੋਂ ਜਾਣਾ ਹੀ ਜਾਣਾ, ਲੇਕਿਨ ਸ਼ਕੀਲੇ ਵਰਗਾ ਸ਼ਾਹਕਾਰ ਜਦੋਂ ਟੁੱਟ ਜੇ ਨਾ ਤਾਂ ਫਿਰ ਅੱਲਾ ਪਾਕ ਆਪਣੇ ਪਿਆਰੇ ਹਬੀਬ ਦੀ ਸ਼ਫਾਤ ਨਸੀਬ ਕਰੇ ਅਤੇ ਜਨਤਾ ਦੇ ਵਿੱਚ ਆਲਾ ਤੋਂ ਆਲਾ ਮੁਕਾਮ ਅਤਾ ਫਰਮਾਵੇ। ਪਾਕਿਸਤਾਨ ਆਰਮੀ ਦਾ ਬੜਾ ਵੱਡਾ ਨੁਕਸਾਨ, ਪਾਕਿਸਤਾਨ ਕਬੱਡੀ ਦਾ ਬੜਾ ਵੱਡਾ ਨੁਕਸਾਨ, ਸਾਡੇ ਪਾਕਿਸਤਾਨ ਦਾ ਹਰ ਕਬੱਡੀ ਦਾ ਪਲੇਅਰ ਹੀ ਅੱਜ ਅਫਸੁਰਦਾ ਵਾ ਆਪਣੇ ਵੀਰ ਦੇ ਜਾਵਣ 'ਤੇ। ਅੱਲਾ ਪਾਕ ਸਾਡੇ ਕਬੱਡੀ ਦੇ ਜਿੰਨੇ ਵੀ ਹੀਰੇ ਇਸ ਵਕਤ ਤੱਕ ਟੁੱਟ ਗਏ ਆ ਸਾਰਿਆਂ ਨੂੰ ਜੰਨਤ ਉਲ ਫਰਦੋਸ 'ਚ ਆਲਾ ਮੁਕਾਮ ਦੇਵੇ। ਦੁੱਖ ਦੀ ਇਸ ਘੜੀ ਦੇ ਵਿੱਚ ਉਸਤਾਦ ਰਾਸ਼ਦ, ਉਸਤਾਦ ਜ਼ੁਲਫਕਾਰ ਅਤੇ ਪੂਰਾ 320 ਪੂਰੇ ਪਿੰਡ ਦੇ ਨਾਲ ਅਸੀਂ, ਭਾਈ ਸ਼ਕੀਲ ਦੇ ਮਾਂ ਬਾਪ ਦੇ ਨਾਲ ਹਾਂ। ਅੱਲਾ ਪਾਕ ਸਾਡੇ ਵੀਰ ਨੂੰ ਜੰਨਤ ਉਲ ਫਰਦੋਸ 'ਚ ਆਲਾ ਮੁਕਾਮ ਅਤਾ ਫਰਮਾਵੇ। ਲੈ ਓ ਯਾਰ ਹਵਾਲੇ ਰੱਬ ਦੇ ਅਤੇ ਮਿਲਣਾ ਜਾਂਦੀ ਵਾਰੀ, ਇਸ ਮਿਲਣੇ ਨੂੰ ਸਹਿਕਦਾ ਰਹਿਸੈਂ, ਫਿਰ ਤੂੰ ਉਮਰਾਂ ਸਾਰੀ, ਫਿਰ ਤੂੰ ਉਮਰਾਂ ਸਾਰੀ। ਅੱਲਾ ਪਾਕ ਜਨਤਾ ਦੇ ਵਿੱਚ ਆਲਾ ਮੁਕਾਮ ਦੇਵੇ ਸਾਡੇ ਵੀਰ ਨੂੰ। ਬੰਦ ਕਰ ਦੇ ਯਾਰ।